अपने को कचोरी होंगी जी, कड़ी चावल होंगे जिदा वक्रे वक्रे दिन के वक्रे वक्रे आइटम लाई है जी। 10 रुपए परौंठा दे रहा अमूल के मक्खन के नाल नाल चाह का कप फ्री है जी। हाँ जी, पहले करोना तो पहले तो ठीक सी जी, जो लॉकडाउन लग गया उस बाद बस खर्चा ही पूरा हो जाता जी, रोजाना आई जाते जी 70-80 गाग। हाँ जी, जिन्हों को पैसे नहीं हो गए ना उन्होंने इदा भी खुआ दी जी। सत श्री अकाल, तुसीं देख रहे हो पंजाबी बुलेटिन। अज असीं तुहानूं मिलवाण जा रहे हां एक अजिहे व्यक्ति दे नाल जो कि हरेक लोकां नूं जिहड़ा इत्थे आंदे ने ते उहनां नूं 10 रुपए दे विच जिहड़ा खाना मुहैया करवांदे ने। दस्सीए कि इह शीतला मंदिर दे बाहर इहनां दी रेहड़ी लगदी है जिथे कि उह 10 रुपए दे विच लोकां नूं जिहड़ा लोक इत्थे खाण आंदे ने उहनां नूं 10 रुपए दे विच जिहड़ा खाना दिंदे ने। असीं इहनां नाल गल्लबात कर लैंदे हां। हांजी, की नाम है तुहाडा? मेरा परमिंदर कुमार जी। सर, तुसी इत्थे असीं सुणिया कि 10 रुपए दे विच खाना मुहैया करवांदे हो, की चीजां जिहड़ियां ने तुसी रखियां होईयां ने खाने दे विच? अपने को कचोरी हुंदी जी, कड़ी चावल हुंदे आ जिद्दां वक्रे वक्रे दिन ते वक्रे वक्रे आइटम लाई दी जी। 10 रुपए च परौंठा दे रहा अमूल दे मक्खन दे नाल नाल चाह दा कप फ्री है जी। हांजी, 10 रुपए बहुत ही नॉमिनल जी कॉस्ट है, कि किस तरह सोचिया सीगा कि इह 10 रुपए दे विच जिहड़ा लोकां नूं खाना देना? बस सेवा ही है जी। हांजी, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ? 4 ਸਾਲ ਹੋ ਗਏ ਜੀ। 4 ਸਾਲ ਹੋ ਗਏ। ਹਾਂਜੀ, ਸੋਚਿਆ ਮਤਲਬ ਕੀ ਸੋਚਿਆ ਸੀਗਾ ਕਿ 10 ਰੁਪਏ ਦੇ ਵਿੱਚ ਤੁਹਾਡੀ ਕੋਸਟ ਪੂਰੀ ਹੋ ਜਾਂਦੀ ਹੈ? ਹਾਂਜੀ, ਪਹਿਲੋ ਕਰੋਨਾ ਤੋਂ ਪਹਿਲੋ ਤਾਂ ਠੀਕ ਸੀ ਜੀ, ਜਦੋਂ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਚ ਬਸ ਖਰਚਾ ਹੀ ਪੂਰਾ ਹੋ ਜਾਂਦਾ ਜੀ। ਹਾਂਜੀ, ਕਿਸੇ ਸੰਸਥਾ ਨਾਲ ਮਿਲ ਕੇ ਵੀ ਤੁਸੀਂ ਇਹ ਕੰਮ ਚਲਾ ਰਹੇ ਹੋ ਜਾਂ ਫਿਰ ਆਪਣੇ ਵੱਲੋਂ ਹੀ ਤੁਸੀਂ ਕਰ ਰਹੇ ਹੋ? ਆਪਣੇ ਵੱਲੋਂ ਹੀ ਜੀ। ਹਾਂਜੀ ਹਾਂਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਕਿਨਾ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਫਿਰ ਪਰਿਵਾਰ ਦਾ? ਮੈਂ ਤੇ ਮੇਰੀ ਮੰਮੀ ਹੈ ਜੀ। ਹਾਂਜੀ, ਮੈਂ ਰੇੜੀ ਲਿਆਂਦਾ ਮਗਰ ਉਹ ਮੰਮੀ ਕੰਮ ਕਰਾਂਦੇ, ਮੇਰੇ ਨਾਲ ਹੈਲਪ ਕਰਦੇ ਖਾਣਾ ਵਗੈਰਾ। ਤੁਸੀਂ ਆਪਣੀ ਤੁਹਾਡੀ ਮਦਰ ਤੁਹਾਡੀ ਹੈਲਪ ਕਰਦੇ ਨੇ? ਹਾਂਜੀ ਹਾਂਜੀ ਹਾਂਜੀ। ਰੋਜ਼ ਚੇਂਜ ਕਰਦੇ ਹੋ ਕੀ ਚੀਜ਼ਾਂ ਜਿਹੜੀਆਂ ਨੇ ਰੋਜ਼ ਜਿਹੜੀਆਂ ਬਦਲੀਆਂ ਜਾਂਦੀਆਂ ਨੇ ਤੁਹਾਡੇ ਵੱਲੋਂ ਖਾਣੇ ਦੇ ਵਿੱਚ? ਰੋਜ਼ ਕਚੋਰੀ ਤਾਂ ਆਪਣੀ, ਕਚੋਰੀ ਭਟੂਰੇ ਤਾਂ ਹੁੰਦੇ ਹੀ ਹੈ ਜੀ, ਤੇ ਚਾਵਲ ਕਦੀ ਕੜੀ ਚੌਲ ਬਣਾਈਦੇ ਆ, ਕਦੀ ਰਾਜਮਾ ਚੌਲ, ਕਦੀ ਪਰੌਂਠਾ। ਹਾਂਜੀ, ਵੱਖਰੀ ਵੱਖਰੀ ਆਈਟਮ ਕਰਦੇ ਜੀ। ਹਾਂਜੀ, ਕਿੰਨੇ ਕੁ ਲੋਕਾਂ ਦਾ ਜਿਹੜਾ ਤੁਸੀਂ ਢਿੱਡ ਭਰਦੇ ਹੋ ਇਹਦੇ ਨਾਲ ਅੱਜ ਕੱਲ? ਹੁਣ ਦੁਪਹਿਰ ਨੂੰ ਤਾਂ ਪਤਾ ਲੱਗ ਜੂਗਾ, ਹਜੇ ਤਾਂ ਕਸਟਮਰ ਥੋੜੇ ਘੱਟ ਆ ਜੀ। ਹਾਂਜੀ, ਨਹੀਂ ਰੋਜ਼ਾਨਾ ਕਿੰਨੇ ਕੁ ਲੋਕ ਆਉਂਦੇ ਨੇ ਤੁਹਾਡੀ ਰੇੜੀ? ਰੋਜ਼ਾਨਾ ਆਈ ਜਾਂਦੇ ਜੀ 70-80 ਗਾਹਕ। ਹਾਂਜੀ, ਜਿਨ੍ਹਾਂ ਕੋਲ ਪੈਸੇ ਨਹੀਂ ਹੋਗੇ ਨਾ ਉਹਨਾਂ ਨੂੰ ਇਦਾਂ ਵੀ ਖਵਾ ਦੀਦਾ ਜੀ। ਹਾਂਜੀ, ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? 4 ਸਾਲ ਹੋ ਗਏ ਨੇ ਤੁਸੀਂ ਇੱਥੇ ਰੇੜੀ ਲਗਾਈ, ਇਸ ਤੋਂ ਪਹਿਲਾਂ ਵੀ ਕੁਝ ਕਰਦੇ ਸੀਗੇ? ਮੈਂ ਫਗਵਾੜੇ ਜੋਬ ਕਰਦਾ ਸੀ। ਹਾਂਜੀ, ਫਿਰ ਜੋਬ ਕਿਸ ਕਰਕੇ ਛੱਡੇ ਸੀਗੇ ਤੁਸੀਂ? ਇਸ ਕਰਕੇ ਕਿ ਲੋਕਾਂ ਨੂੰ ਜਿਹੜਾ ਖਾਣਾ ਮੁਹੱਈਆ ਕਰਵਾਉਣਾ? ਹਾਂਜੀ, ਤੇ ਪਹਿਲੇ ਭਰਾ ਕਰਦਾ ਸੀ, ਭਰਾ ਚਲ ਗਿਆ ਬਾਹਰ, ਫਿਰ ਮੈਂ ਕਿਹਾ ਅੱਡਾ ਵੀ ਖਰਾਬ ਹੋਊਗਾ, ਤੇ ਇਸ ਕਰਕੇ ਫਿਰ ਮੈਂ ਜੋਬ ਆਪਣੀ ਛੱਡਤੀ ਤੇ ਇੱਧਰ ਆ ਗਿਆ। ਲੋਕਡਾਊਨ ਦੇ ਵਿੱਚ ਫਿਰ ਕਿਸ ਤਰ੍ਹਾਂ ਕਰਦੇ ਸੀਗੇ, ਕਿਉਂਕਿ ਉਦੋਂ ਤਾਂ ਬਾਹਰ ਨਿਕਲਣ ਦੀ ਮਨਾਹੀ ਸੀਗੀ, ਤੁਸੀਂ ਕਹਿ ਰਹੇ ਹੋ ਕਿ 4 ਸਾਲਾਂ ਤੋਂ ਕੰਮ ਕਰ ਰਹੇ ਹੋ, ਲੋਕਡਾਊਨ ਦੇ ਵਿੱਚ ਫਿਰ ਕੀ ਕਰਦੇ ਸੀ? ਨਹੀਂ, ਲੋਕਡਾਊਨ ਚ ਬੰਦ ਸੀ ਜੀ। ਹਾਂਜੀ, ਲੋਕਡਾਊਨ ਚ ਬਿਲਕੁਲ ਬੰਦ ਸੀ, ਪੁਲਿਸ ਦਾ ਚੱਪੇ ਚੱਪੇ ਤੇ ਖੜੀ ਸੀ। ਹਾਂਜੀ, ਫਿਰ ਉਸ ਦੌਰਾਨ ਗੁਜ਼ਾਰਾ ਕਿਸ ਤਰ੍ਹਾਂ ਕੀਤਾ ਸੀਗਾ ਘਰ ਦਾ? ਗੁਜ਼ਾਰਾ ਹੁਣ ਸਾਰਿਆਂ ਦੇ ਨਾਲ ਸੀ, ਜਿੱਦਾਂ ਬਾਕੀ ਸਾਰਿਆਂ ਨੇ ਕੀਤਾ ਉਦਾਂ ਸੀ ਵੀ ਗੱਲ ਹੈ ਜੀ। ਹਾਂਜੀ, ਤੇ ਇਸ ਸਾਡੇ ਨਾਲ ਪਰਮਿੰਦਰ ਕੁਮਾਰ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਸ਼ੀਤਲਾ ਮੰਦਿਰ ਦੇ ਬਿਲਕੁਲ ਠੀਕ ਸਾਹਮਣੇ ਜਿਹੜਾ ਰੇੜੀ ਲਗਾਉਂਦੇ ਨੇ, ਜਿਸ ਤੇ ਉਹਨਾਂ ਵੱਲੋਂ ਜਿਹੜੇ 10 ਰੁਪਏ ਦੇ ਵਿੱਚ ਲੋਕਾਂ ਨੂੰ ਜਿਹੜਾ ਖਾਣਾ ਮੁਹੱਈਆ ਕਰਵਾਇਆ ਜਾਂਦਾ, ਖਾਣਾ ਦਿੱਤਾ ਜਾਂਦਾ। ਦੱਸ ਦਈਏ ਕਿ ਉਹਨਾਂ ਦਾ ਕਹਿਣਾ ਕਿ ਰੋਜ਼ਾਨਾ ਜਿਹੜਾ ਮੈਨਿਊ ਚੇਂਜ ਕਰਦੇ ਨੇ, ਵੱਖ ਵੱਖ ਚੀਜ਼ਾਂ ਹੁੰਦੀਆਂ ਨੇ ਮੈਨਿਊ ਦੇ ਵਿੱਚ। ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ 10 ਰੁਪਏ ਦੇ ਵਿੱਚ ਉਹਨਾਂ ਨੇ 4 ਸਾਲ ਤੋਂ ਜਿਹੜੀ ਹੈ ਉਹ ਸ਼ੀਤਲਾ ਮੰਦਿਰ ਦੇ ਬਾਹਰ ਰੇੜੀ ਲਗਾ ਰਹੇ ਨੇ। ਕੈਮਰਾ ਪਰਸਨ ਵਿਜੇ ਦੇ ਨਾਲ ਅੰਚਲ ਚੱਡਾ, ਪੰਜਾਬ ਬੁਲੇਟਿਨ।